ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ ਤੇ ਹਰ ਕਿਸੇ ਪਾਰਟੀ ਦੇ ਵੱਲੋਂ ਇਸ ਸਮੇਂ ਆਪਣੇ ਵੱਧ ਤੋਂ ਵੱਧ ਸਰਪੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਜੋ 2027 ਦੀ ਚੋਣ ਦਾ ਮੁੱਢ ਬੰਨਿਆ ਜਾ ਸਕੇ। ਪੰਜਾਬ ਦੇ 13,229 ਪਿੰਡਾਂ ਦੇ ਵਿੱਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ। ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਦੇ ਵੱਲੋਂ ਚੋਣ ਜਿੱਤਣ ਦੇ ਲਈ ਹਰ ਤਰੀਕੇ ਦਾ ਹੱਥਕੰਡਾ ਬਣਾਇਆ ਜਾ ਰਿਹਾ ਹੈ। ਸੋ ਤਾਜ਼ਾ ਮਾਮਲਾ ਸਰਹੱਦੀ ਤਹਿਸੀਲ ਅਜਾਣਾ ਦੇ ਪਿੰਡ ਕਮੀਰਪੁਰਾ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਹੀਆਂ ਹਨ ਤੇ ਇੱਕ ਧਿਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਜੀ ਧਿਰ ਦੇ ਉੱਤੇ ਦੋਸ਼ ਲਗਾਏ ਗਏ ਕਿ ਇਹਨਾਂ ਨੇ ਨਾਬਾਲਿਗਾਂ ਦੀਆਂ ਬਾਹਰੀ ਵਿਅਕਤੀਆਂ ਦੀਆਂ ਸੈਕਟਰੀ ਜਾਂ BLO ਦੇ ਨਾਲ ਰਲ ਕੇ ਜਾਲੀ ਵੋਟਾਂ ਬਣਾਈਆਂ ਹਨ। ਇਹਨਾਂ ਦੇ ਵੱਲੋਂ ਇੱਕ ਵਿਅਕਤੀ ਦੀਆਂ ਵੱਖ ਵੱਖ ਵਾਰਡਾਂ ਦੇ ਵਿੱਚ ਦੋ ਵਾਰ ਵੋਟਾਂ ਬਣਾਈਆਂ ਗਈਆਂ ਹਨ। ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗੜਬੜੀ ਮਚਾਈ ਜਾ ਰਹੀ ਹੈ, ਰਿਸ਼ਪਾਲ ਸਿੰਘ, ਕੁਲਵਿੰਦਰ ਕੌਰ, ਗੁਰਨਾਮ ਕੁਲਵੰਤ ਕੌਰ ਦਾ 99 ਇਹਦੀ ਸਰਪੰਚ ਦਾ, ਇਹਦੀ ਜਿਹੜੀ ਰਹਿਸ਼ ਆ ਮੀਰਾਂਕੋਟ ਆ, ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ। ਜੋ ਇਸ ਬੰਦੇ ਦੇ ਉੱਤੇ ਪਹਿਲਾਂ ਵੀ FIR ਵੀ ਦਰਜ ਹੋਈ ਹੈ, ਕੋਈ ਗਲਤ ਕੇਸ ਪਏ ਨੇ, ਇਹ ਗਲਤ ਐਡਰੈਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈ ਜਾ ਰਿਹਾ ਤੇ ਮੈਂ ਇਹਦੀ ਜਾਂਚ ਚਾਹੁੰਦਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਹਾਂਜੀ ਹਾਂ, ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਹਾਂ, SDM ਸਾਹਿਬ ਨੂੰ ਦੇ ਚੁੱਕੇ ਹਾਂ, BDFPO ਸਾਹਿਬ ਨੂੰ ਵੀ, ਚੋਣ ਕਮਿਸ਼ਨ ਸਾਹਿਬ ਨੂੰ ਵੀ। ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਇਹੋ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਕੁਲਵੰਤ ਕੌਰ ਜਿਹੜੀ ਆ ਤੇ ਹਰਨੇਕ ਸਿੰਘ ਸੈਕਟਰੀ ਆ, ਇਹਨਾਂ ਦੇ ਕੋਈ ਆਪਸੀ ਪੈਸੇ ਦੇ ਲੈਣ ਦੇਣ ਦਾ ਸੰਬੰਧ ਹੈ, ਸਾਨੂੰ ਕੋਈ ਇਨਸਾਫ਼ ਨਹੀਂ ਦਿੰਦੇ ਅਜੇ ਤੱਕ। ਜਿਹੜੇ ਮੇਰੇ ਤੋਂ ਪਹਿਲੇ ਸੀਗੇ ERO ਸਾਹਿਬਾਨ, ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ, ਕਿਉਂਕਿ ਜਦੋਂ ਅਸੀਂ 4-9 ਨੂੰ ਪ੍ਰਕਾਸ਼ਨਾ ਕਰ ਦਿੱਤੀ, ਉਹਦੇ 'ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ, ਫਾਰਮ 1-2 ਦਿਨ 'ਤੇ ਓਬਜੈਕਸ਼ਨ ਲੈ ਗਏ ਸੀ, ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਤਾਂ ਉਹਦੇ 'ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ। ਸਰ, ਉਹਨਾਂ ਕਿਹਾ ਕਿ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ, ਤਾਂ ਉਹਨਾਂ ਦੀਆਂ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ, ਔਰ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਲੈਣੀ ਹੈ। ਮੈਂ ਉਹੀ ਕਹਿ ਰਿਹਾ ਜੀ, ਦੈਟਸ ਅ ਪਾਰਟ ਆਫ ਇਨਕੁਆਇਰੀ, ਉਹ ਇਨਕੁਆਇਰੀ ਕਰਕੇ ਜੇ ਹੈਗਾ ਸਾਡੇ ਨੋਟਿਸ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਇਸ ਤੋਂ ਇਲਾਵਾ ਬਿਲਕੁਲ ਹੋਏਗੀ ਜੀ, ਇਸ ਕਾਨੂੰਨ ਅਨੁਸਾਰ। ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਵਾਰਡਾਂ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਨਹੀਂ ਦੇਖੋ, ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ, ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ, ਪਰ ਉਹਦੇ 'ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ DSC ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਡੁਪਲੀਕੇਟ ਜਿਹੜਾ ਹੁੰਦਾ ਉਹ ਆਈਡੈਂਟੀਫਾਈ ਵੈਸੇ ਹੀ ਹੋ ਜਾਂਦਾ, ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦੀਆਂ। ਜੇ ਆਈਡੈਂਟੀਫਾਈ ਹੁੰਦਾ, ਫੋਟੋ ਵੀ ਅਗਰ ਸਿਮਿਲਰ ਹੈ ਤਾਂ ਵੀ ਉਹ DSC PSC ਚਾਹੇਗਾ।